ਓਸ਼ੋ ਦੇ ਲੈਕਚਰ ਕਿਰਤਗਤਾ ਕਿਰਤਗਤਾ ਬਹੁਤ ਡਿਵਾਈਨ ਬਹੁਤ ਦਿਵੱਗਲ ਹੈ ਸਾਡੀ ਸਦੀ ਚ ਜੇਕਰ ਕੁਝ ਖੋ ਗਿਆ ਹੈ ਤਾਂ ਕਿਰਤਗਤਾ ਖੋ ਗਈ ਹੈ ਗ੍ਰੈਟੀਟਿਊਡ ਖੋ ਗਿਆ ਹੈ ਤੁਹਾਨੂੰ ਪਤਾ ਹੈ ਤੁਸੀਂ ਜੋ ਸਾਹ ਲੈ ਰਹੇ ਹੋ ਉਹ ਤੁਸੀਂ ਨਹੀਂ ਲੈ ਰਹੇ ਹੋ ਕਿਉਂਕਿ ਸਾਹ ਜਿਸ ਥੇ ਨਹੀਂ ਆਏਗਾ ਤੁਸੀਂ ਉਹਨੂੰ ਨਹੀਂ ਲੈ ਸਕੋਗੇ ਤੁਹਾਨੂੰ ਪਤਾ ਹੈ ਤੁਸੀਂ ਪੈਦਾ ਹੋਏ ਹੋ ਤੁਸੀਂ ਪੈਦਾ ਨਹੀਂ ਹੋਏ ਤੁਹਾਡਾ ਕੋਈ ਸੁਚੇਤਨ ਹੱਥ ਨਹੀਂ ਹੈ ਕੋਈ ਨਿਰਣਾ ਨਹੀਂ ਹੈ ਤੁਹਾਨੂੰ ਪਤਾ ਹੈ ਇਹ ਛੋਟੀ ਜਿਹੀ ਦੇ ਤੁਹਾਨੂੰ ਮਿਲੀ ਹੈ ਇਹ ਬੜੀ ਅਨੋਖੀ ਹੈ ਇਹ ਸਭ ਤੋਂ ਵੱਡਾ ਮਿਰਕਲ ਹੈ ਇਸ ਜੀਵਨ ਉੱਤੇ ਤੁਸੀਂ ਥੋੜਾ ਜਿਹਾ ਖਾਣਾ ਖਾਂਦੇ ਹੋ ਤੁਹਾਡਾ ਇਹ ਛੋਟਾ ਜਿਹਾ ਪੇਟ ਉਹਨੂੰ ਪਚਾ ਦਿੰਦਾ ਹੈ ਇਹ ਬੜਾ ਮਿਰਕਲ ਹੈ ਹੁਣ ਇੰਨਾ ਵਿਗਿਆਨਕ ਵਿਕਾਸ ਹੋਇਆ ਹੈ ਜਿਵੇਂ ਅਸੀਂ ਬਹੁਤ ਵੱਡੇ ਕਾਰਖਾਨੇ ਉਸਾਰੀਏ ਤੇ ਹਜ਼ਾਰਾਂ ਮਹਰ ਲਾਈਏ ਤਾਂ ਵੀ ਇੱਕ ਰੋਟੀ ਨੂੰ ਪਚਾ ਕੇ ਖੂਨ ਬਣਾ ਦੇਣਾ ਮੁਸ਼ਕਿਲ ਹੈ ਇੱਕ ਰੋਟੀ ਨੂੰ ਪਚਾ ਕੇ ਖੂਨ ਬਣਾ ਦੇਣਾ ਮੁਸ਼ਕਿਲ ਹੈ ਇਹ ਸਰੀਰ ਤੁਹਾਡਾ ਇੱਕ ਮਿਰਕਲ ਕਰ ਰਿਹਾ ਹੈ 24 ਘੰਟੇ ਇਹ ਛੋਟਾ ਜਿਹਾ ਸਰੀਰ ਥੋੜੀਆਂ ਜੀਆਂ ਹੱਡੀਆਂ ਥੋੜਾ ਜਿਹਾ ਮਾਸ ਵਿਗਿਆਨਕ ਕਹਿੰਦੇ ਹਨ ਮੁਸ਼ਕਿਲ ਨਾਲ 4 ਰੁਪਏ 5 ਰੁਪਏ ਦਾ ਸਮਾਨ ਹੈ ਇਸ ਸਰੀਰ ਵਿੱਚ ਇਸ ਵਿੱਚ ਕੁਝ ਵੱਧ ਮੁੱਲ ਦੀਆਂ ਚੀਜ਼ਾਂ ਨਹੀਂ ਹਨ ਇੰਨਾ ਵੱਡਾ ਚਮਤਕਾਰ 24 ਘੰਟੇ ਨਾਲ ਇਹਦੇ ਪ੍ਰਤੀ ਕਿਰਤਗਤਾ ਨਹੀਂ ਹੈ ਗ੍ਰੈਟੀਟਿਊਡ ਨਹੀਂ ਕਦੇ ਤੁਸੀਂ ਆਪਣੇ ਸਰੀਰ ਨੂੰ ਪ੍ਰੇਮ ਕੀਤਾ ਕਦੇ ਆਪਣੇ ਹੱਥਾਂ ਨੂੰ ਚੁੰਮਿਆ ਕਦੇ ਆਪਣੀ ਅੱਖਾਂ ਨੂੰ ਪ੍ਰੇਮ ਕੀਤਾ ਕਦੇ ਖਿਆਲ ਕੀਤਾ ਕਿ ਕੀ ਅਨੋਖਾ ਵਰਤਾਰਾ ਹੋ ਰਿਹਾ ਹੈ ਸ਼ਾਇਦ ਹੀ ਤੁਹਾਡੇ ਵਿੱਚੋਂ ਕੋਈ ਹੋਵੇ ਜਿਨੇ ਆਪਣੀ ਅੱਖਾਂ ਨੂੰ ਪ੍ਰੇਮ ਕੀਤਾ ਹੋਵੇ ਜਿਨੇ ਆਪਣੇ ਹੱਥਾਂ ਨੂੰ ਚੁੰਮਿਆ ਹੋਵੇ ਜਿਨੇ ਕਿਰਤਗਤਾ ਮਹਿਸੂਸ ਕੀਤੀ ਹੋਵੇ ਕਿ ਇਹ ਅਨੋਖੀ ਗੱਲ ਹੈ ਇਹਨੂੰ ਕੀ ਘਟਨਾ ਵਾਪਰ ਰਹੀ ਹੈ ਤੇ ਸਾਡੇ ਬਿਲਕੁਲ ਬਿਨਾਂ ਜਾਣਨ ਦੇ ਤੇ ਅਸੀਂ ਇਹਦੇ ਵਿੱਚ ਬਿਲਕੁਲ ਹਿੱਸੇਦਾਰ ਵੀ ਨਹੀਂ ਆ ਆਪਣੇ ਸਰੀਰ ਦੇ ਪ੍ਰਤੀ ਸਭ ਤੋਂ ਪਹਿਲਾਂ ਕਿਰਤਗ ਹੋ ਜਾਓ ਜਿਹੜਾ ਆਪਣੇ ਸਰੀਰ ਦੇ ਪ੍ਰਤੀ ਕਿਰਤਗ ਹੈ ਉਹ ਹੀ ਸਿਰਫ ਦੂਜਿਆਂ ਦੇ ਸਰੀਰਾਂ ਪ੍ਰਤੀ ਕਿਰਤਗ ਹੋ ਸਕਦਾ ਹੈ ਸਭ ਤੋਂ ਪਹਿਲਾਂ ਆਪਣੇ ਸਰੀਰ ਦੇ ਪ੍ਰਤੀ ਪ੍ਰੇਮ ਨਾਲ ਭਰ ਜਾਓ ਕਿਉਂਕਿ ਜਿਹੜਾ ਆਪਣੇ ਸਰੀਰ ਦੇ ਪ੍ਰਤੀ ਪ੍ਰੇਮ ਨਾਲ ਭਰਿਆ ਹੋਇਆ ਉਹੀ ਸਿਰਫ ਦੂਜਿਆਂ ਦੇ శ్రీਰਾਮ ਪ੍ਰਤੀ ਪੇਮ ਨਾਲ ਪਰ ਜਾਂਦਾ ਹੈ ਉਹ ਲੋਕ ਅਧਾਰਮਕ ਹਨ ਜਿਹੜੇ ਤੁਹਾਨੂੰ ਆਪਣੇ ਸਰੀਰ ਦੇ ਖਿਲਾਫ ਗੱਲਾਂ ਸਿਖਾਉਂਦੇ ਹਨ ਉਹ ਲੋਕ ਅਧਾਰਮਕ ਹਨ ਜਿਹੜੇ ਕਹਿੰਦੇ ਹਨ ਸਰੀਰ ਦੁਸ਼ਮਣ ਹੈ ਦੁਸ਼ਟ ਹੈ ਅਜਿਆ ਹੈ ਤੇ ਉਸ ਜਿਆ ਹੈ ਤੇ ਦੁਸ਼ਮਣ ਹੈ ਸਰੀਰ ਕੁਝ ਵੀ ਨਹੀਂ ਹੈ ਸਰੀਰ ਬੜਾ ਚਮਤਕਾਰ ਹੈ ਤੇ ਸਰੀਰ ਅਨੁੱਖਾ ਸਹਿਯੋਗੀ ਹੈ ਇਹਦੇ ਪ੍ਰਤੀ ਕਿਰਤਗ ਹੋਵੋ ਇਹ ਸਰੀਰ ਚ ਕੀ ਹੈ ਜੋ ਇਸ ਸਰੀਰ ਵਿੱਚ ਹੈ ਉਹਨਾਂ ਪੰਜ ਮਹਾ ਤੱਤਾਂ ਤੋਂ ਮਿਲਿਆ ਹੈ ਇਸ ਸਰੀਰ ਦੇ ਪ੍ਰਤੀ ਕਿਰਤਗ ਹੋ ਇਹਨਾਂ ਪੰਜ ਮਹਾ ਤੱਤਾਂ ਦੇ ਪ੍ਰਤੀ ਕਿਰਤਗ ਹੋ ਇੱਕ ਦਿਨ ਸੂਰਜ ਬੁੱਝ ਜਾਏਗਾ ਤਾਂ ਤੁਸੀਂ ਕਿੱਥੇ ਹੋਵੋਗੇ ਵਿਗਿਆਨਕ ਕਹਿੰਦੇ ਹਨ ਕਿ 4000 ਸਾਲਾਂ ਚ ਸੂਰਜ ਬੁੱਝ ਜਾਏਗਾ ਉਹ ਕਾਫੀ ਰੋਸ਼ਨੀ ਦੇ ਚੁੱਕਿਆ ਉਹ ਖਾਲੀ ਹੁੰਦਾ ਜਾਏਗਾ ਤੇ ਇੱਕ ਦਿਨ ਆਏਗਾ ਕਿ ਬੁੱਝ ਜਾਏਗਾ ਅਜੀ ਅਸੀਂ ਨਿਤ ਇਸੇ ਖਿਆਲ ਚਾਂ ਕਿ ਨਿਤ ਸੂਰਜ ਚੜੇਗਾ ਇੱਕ ਦਿਨ ਸਮਾਂ ਆਏਗਾ ਕਿ ਲੋਕ ਸ਼ਾਮ ਨੂੰ ਇਸ ਖਿਆਲ ਚ ਸੋਣਗੇ ਕਿ ਕੱਲ ਸਵੇਰੇ ਸੂਰਜ ਚੜੇਗਾ ਤੇ ਉਹ ਨਹੀਂ ਚੜੇਗਾ ਤੇ ਫਿਰ ਕੀ ਹੋਏਗਾ ਸੂਰਜ ਹੀ ਨਹੀਂ 부ਜੇਗਾ ਸਾਰਾ ਪ੍ਰਾਣ 부ਝ ਜਾਏਗਾ ਕਿਉਂਕਿ ਪ੍ਰਾਣ ਉਸ ਤੋਂ ਉਪਲਬਧ ਹੈ ਕਿਉਂਕਿ ਸਾਰੀ ਗਰਮੀ ਤੇ ਸਾਰਾ ਨਿਗ ਉਸ ਤੋਂ ਉਪਲਬਧ ਹੈ ਸਮੁੰਦਰ ਦੇ ਕੰਡੇ ਬੈਠਦੇ ਹੋ ਕਦੇ ਖਿਆਲ ਕੀਤਾ ਤੁਹਾਡੇ ਸਰੀਰ ਚ 70% ਦੀ ਸਮੁੰਦਰ ਪਾਣੀ ਹੈ ਮਨੁੱਖ ਦਾ ਜਨਮ ਇਸ ਧਰਤੀ ਤੇ ਹੋਇਆ ਕਿ ਟਾਣੂਆਂ ਦਾ ਜੋ ਪਹਿਲਾ ਜਨਮ ਹੋਇਆ ਉਹ ਸਮੁੰਦਰ ਚ ਹੋਇਆ ਸੀ ਤੁਸੀਂ ਇਹ ਵੀ ਜਾਣ ਕੇ ਹੈਰਾਨ ਹੋਗੇ ਤੁਹਾਡੇ ਸਰੀਰ ਵਿੱਚ ਵੀ ਲੂਣ ਤੇ ਪਾਣੀ ਚੋਹੀ ਅਨੁਪਾਤ ਹੈ ਜੋ ਸਮੁੰਦਰ ਵਿੱਚ ਹੈ ਅਜੀਬ ਤੇ ਉਹ ਸੰਪਾਤ ਨਾਲੋਂ ਜਦ ਵੀ ਸਰੀਰ ਇੱਧਰ ਉੱਧਰ ਹੋ ਜਾਏਗਾ ਤਾਂ ਬਿਮਾਰ ਹੋ ਜਾਏਗਾ ਕਦੇ ਸਮੁੰਦਰ ਦੇ ਕੰਢੇ ਬੈਠ ਕੇ ਤੁਸੀਂ ਵਿਚਾਰ ਕੀਤਾ ਕਿ ਮੇਰਾ ਸਰੀਰ ਵੀ ਸਮੁੰਦਰ ਦਾ ਇੱਕ ਹਿੱਸਾ ਹੈ ਮੇਰੇ ਸਰੀਰ ਚ ਜੋ ਹਿੱਸਾ ਹੈ ਸਮੁੰਦਰ ਦਾ ਉਹਦੇ ਲਈ ਮੈਨੂੰ ਸਮੁੰਦਰ ਦਾ ਕਿਰਤਗ ਹੋਣਾ ਚਾਹੀਦਾ ਹੈ ਸੂਰਜ ਦੀ ਰੌਸ਼ਨੀ ਮੇਰੇ ਅੰਦਰ ਹੈ ਉਹਦੇ ਪ੍ਰਤੀ ਮੈਨੂੰ ਕਿਰਤਗ ਹੋਣਾ ਚਾਹੀਦਾ ਹੈ ਤੇ ਹਵਾਵਾਂ ਮੇਰੇ ਪ੍ਰਾਣ ਨੂੰ ਚਲਾਉਂਦੀਆਂ ਹਨ ਉਹਨਾਂ ਦੇ ਪ੍ਰਤੀ ਕਿਰਤਗ ਹੋਣਾ ਚਾਹੀਦਾ ਹੈ ਆਕਾਸ਼ ਤੇ ਧਰਤੀ ਉਹ ਮੈਨੂੰ ਬਣਾਉਂਦੇ ਹਨ ਉਹਨਾਂ ਦੇ ਪ੍ਰਤੀ ਕਿਰਤਗ ਹੋਣਾ ਚਾਹੀਦਾ ਇਸ ਗ੍ਰੈਟੀਟਿਊਡ ਨੂੰ ਮੈਂ ਦਿਬ ਕਹਿੰਦਾ ਇਸ ਕਿਰਤਗਤਾ ਤੋਂ ਬਿਨਾ ਕੋਈ ਆਦਮੀ ਧਾਰਮਿਕ ਨਹੀਂ ਹੋ ਸਕਦਾ ਕਿਰਤਕਾਣ ਮਨੁੱਖ ਕੀ ਧਾਰਮਿਕ ਅਕਿਰਤਕਾਣ ਮਨੁੱਖ ਕੀ ਧਾਰਮਿਕ ਹੋਣਗੇ ਇਸ ਕਿਰਤਗਤਾ ਨੂੰ ਮਹਿਸੂਸ ਕਰੋ ਲਗਾਤਾਰ ਤੁਸੀਂ ਹੈਰਾਨ ਹੋ ਜਾਓਗੇ ਤਨਵੀਨੀ ਸ਼ਾਂਤੀ ਨਾਲ ਭਰ ਦੇਗੀ ਕਿਰਤਗਤਾ ਕੀ ਇੰਨੇ ਰਹੱਸ ਨਾਲ ਤੇ ਤੁਹਾਨੂੰ ਇੱਕ ਗੱਲ ਦਾ ਪਤਾ ਲੱਗੇਗਾ ਕਿ ਮੇਰੀ ਕੀ ਸਮਰੱਥਾ ਸੀ ਕਿ ਸਾਰੀਆਂ ਚੀਜ਼ਾਂ ਮੈਨੂੰ ਮਿਲਣ ਤੇ ਸਾਰੀਆਂ ਚੀਜ਼ਾਂ ਮੈਨੂੰ ਮਿਲੀਆਂ ਹਨ ਇਹਦੇ ਲਈ ਤੁਹਾਡਾ ਤੁਹਾਡੇ ਮਨ ਚ ਧੰਨਵਾਦ ਹੋਏਗਾ ਇਹਦੇ ਪ੍ਰਤੀ ਤੁਹਾਡੇ ਮਨ ਚ ਧੰਨਵਾਦ ਹੋਏਗਾ ਜੋ ਤੁਹਾਨੂੰ ਮਿਲਿਆ ਉਹਦੇ ਪ੍ਰਤੀ ਕਿਰਤਾਰਥਾ ਦਾ ਬੋਧ ਹੋਏਗਾ ਸੋ ਕਿਰਤਗਤਾ ਨੂੰ ਪ੍ਰਗਟ ਕਰਨ ਦਾ ਕਿਰਤਗਤਾ ਨੂੰ ਵਿਕਸਿਤ ਕਰਨ ਦਾ ਉਪਾਅ ਕਰੋ ਉਸ ਨਾਲ ਸਾਧਨਾ ਚ ਗਤੀ ਹੋਏਗੀ ਤੇ ਨਾ ਸਿਰਫ ਸਾਧਨਾ ਚ ਬਲਕਿ ਜੀਵਨ ਬਹੁਤ ਵਧਰਾ ਹੋ ਜਾਏਗਾ ਜੀਵਨ ਬਹੁਤ ਦੁੱਜਾ ਹੋ ਜਾਏਗਾ ਕ੍ਰਾਈਸਟ ਨੂੰ ਸੂਲੀ ਤੇ ਲੰਕਾਇਆ ਤਾਂ ਕ੍ਰਾਈਸਟ ਜਦ ਮਰਨ ਲੱਗੇ ਤਾਂ ਉਹਨਾਂ ਨੇ ਕਿਹਾ हे परमात्मा ਇਹਨਾਂ ਨੂੰ ਮਾਫ਼ ਕਰ ਦੇਣਾ ਇਹਨਾਂ ਨੂੰ ਖਿਮਾ ਕਰ ਦੇਣਾ ਤੇ ਦੋ ਕਾਰਨਾ ਕਰਕੇ ਖਿਮਾ ਕਰ ਦੇਣਾ ਇੱਕ ਤਾਂ ਇਹ ਜਾਣਦੇ ਨਹੀਂ ਕਿ ਕੀ ਕਰ ਰਹੇ ਐ ਇਸ ਵਿੱਚ ਤਾਂ ਉਹਨਾਂ ਦੀ ਕਰੁਣਾ ਸੀ ਤੇ ਇੱਕ ਇਸ ਕਰਕੇ ਕਿ ਮੇਰੇ ਤੇ ਤੇਰੇ ਵਿਚਾਲੇ ਜੋ فاਸਲਾ ਸੀ ਇਹ ਉਹਨਾਂ ਨੇ ਢਾ ਦਿੱਤਾ ਹੈ परमात्मा ਦੇ ਤੇ ਮੇਰੇ ਵਿਚਾਲੇ ਜੋ ਵਿਚਾਲੇ ਜੋ فاਸਲਾ ਸੀ ਇਹਨਾਂ ਨੇ ਢਾ ਦਿੱਤਾ ਹੈ ਇਹਦੇ ਲਈ ਇਹਨਾਂ ਦੇ ਪ੍ਰਤੀ ਕਿਰਤਗਤਾ ਸੋ ਜੀਵਨ ਚ ਲਗਾਤਾਰ ਕਿਰਤਗਤਾ ਦਾ ਚੇਤਾ ਰੱਖ ਕੇ ਵਿਹਾਰ ਕਰਨਾ ਤੁਸੀਂ ਪਾਉਗੇ ਜੀਵਨ ਬੜਾ ਨਿਆਰਾ ਹੋ ਜਾਏਗਾ ਦੋ ਚਾਰ ਗੱਲਾਂ ਮੈਂ ਆਖੀਆਂ ਸ਼ੁੱਧ ਭਾਵ ਦੇ ਲਈ ਮਿੱਤਰਤਾ, ਕਰੁਣਾ, ਪਰਫੁੱਲਤਾ ਤੇ ਕਿਰਤਗਤਾ ਹੋਰ ਵੀ ਬਹੁਤ ਗੱਲਾਂ ਹਨ ਪਰ ਇਹ ਚਾਰ ਹੀ ਕਾਫੀ ਹਨ ਜੇਕਰ ਇਹਨਾਂ ਤੇ ਵਿਚਾਰ ਕਰੋ ਤਾਂ ਬਾਕੀ ਸਭ ਇਹਨਾਂ ਦੇ ਪਿੱਛੋਂ ਆਪਣੇ ਆਪ ਚਲੀਆਂ ਆਉਣਗੀਆਂ ਸਰੀਰ ਕੇ ਮੇਂ ਸ਼ੁੱਧ ਹੋਏਗਾ ਵਿਚਾਰ ਕੇ ਮੇਂ ਸ਼ੁੱਧ ਹੋਏਗਾ ਭਾਵ ਕੇ ਮੇਂ ਸ਼ੁੱਧ ਹੋਏਗਾ ਜੇ ਤਿੰਨੇ ਹੀ ਹੋ ਜਾਣ ਤਾਂ ਤੁਸੀਂ ਨਿਆਰੇ ਜਗਤ ਚ ਪ੍ਰਵੇਸ਼ ਕਰ ਪਾਓਗੇ ਜੇ ਤਿੰਨੇ ਹੋ ਜਾਣ ਤਾਂ ਵੀ ਬਹੁਤ ਕੁਝ ਹੋ ਜਾਏਗਾ ਤਿੰਨ ਜਿਹੜੇ ਕੇਂਦਰੀ ਤੱਤ ਹਨ ਉਹਨਾਂ ਦੀ ਅਸੀਂ ਅੱਗੇ ਗੱਲ ਕਰਾਂਗੇ ਇਹਨਾਂ ਤਿੰਨ ਤੱਤਾਂ ਵਿੱਚ ਅਸੀਂ ਸਰੀਰ ਸ਼ੂਨਿਆਤਾ ਵਿਚਾਰ ਸ਼ੂਨਿਆਤਾ ਤੇ ਭਾਵ ਸ਼ੂਨਿਆਤਾ ਦਾ ਵਿਚਾਰ ਕਰਾਂਗੇ ਅੱਜ ਅਸੀਂ ਸ਼ੁੱద్ధి ਦਾ ਵਿਚਾਰ ਕੀਤਾ ਹੈ ਫਿਰ ਅਸੀਂ ਸ਼ੂਨਿਆਤਾ ਦਾ ਵਿਚਾਰ ਕਰਾਂਗੇ ਤੇ ਜਦ ਸ਼ੁੱద్ధి ਤੇ ਸ਼ੂਨਿਆਤਾ ਦਾ ਮਿਲਾਪ ਹੁੰਦਾ ਤਾਂ ਸਮਾਧੀ ਪੈਦਾ ਹੋ ਜਾਂਦੀ ਹੈ ਤੇ ਸਮਾਧੀ ਪਰਮਾਤਮਾ ਦਾ ਦਵਾਰ ਹੈ ਉਦੀ ਅਸੀਂ ਗੱਲ ਕਰਾਂਗੇ ਸਮਾਧੀ ਪ੍ਰਗਟ ਕੀਤੀ ਹੋਈ ਇੱਕ ਕਹਾਣੀ ਹੈ ਸਿਕੰਦਰ ਜਦ ਭਾਰਤ ਉਪਰ ਤਰ ਰਿਹਾ ਸੀ ਤੋਂ ਨਿਚਾਇਆ ਕਿ ਉਹ ਇੱਕ ਫਕੀਰ ਨੂੰ ਭਾਰਤ ਤੋਂ ਲੈ ਜਾਏ ਤਾਂ ਜੋ ਯੂਨਾਨ 'ਚ ਦਿਖਾ ਸਕੇ ਕਿ ਫਕੀਰ ਭਾਰਤੀ ਕਿਹੋ ਜਿਹਾ ਹੁੰਦਾ ਹੈ ਉੰਜ ਤਾਂ ਬਹੁਤ ਫਕੀਰ ਜਾਣ ਨੂੰ ਰਾਜ਼ੀ ਸਨ ਇੱਛਕ ਸਨ ਸਿਕੰਦਰ ਸੱਦੇ ਸ਼ਾਹੀ ਸਨਮਾਨ ਨਾਲ ਲੈ ਜਾਏ ਤਾਂ ਕੌਣ ਜਾਣਾ ਪਸੰਦ ਨਹੀਂ ਕਰੇਗਾ ਪਰ ਜਿਹੜੇ ਜਿਹੜੇ ਇੱਛਕ ਸਨ ਸਿਕੰਦਰ ਨੇ ਉਹਨਾਂ ਨੂੰ ਲਿਜਾਣਾ ਠੀਕ ਨਾ ਸਮਝਿਆ ਕਿਉਂਕਿ ਜਿਹੜੇ ਇਛਕ ਸਨ ਇਸ ਤੋਂ ਹੀ ਜ਼ਾਹਰ ਸੀ ਕਿ ਉਹ ਫਕੀਰ ਨਹੀਂ ਸਨ ਸਿਕੰਦਰ ਉਸ ਫਕੀਰ ਦੀ ਕੋਸ਼ਿਸ਼ ਚ ਰਿਹਾ ਜਿਹਨੂੰ ਲਜਾਣਾ ਅਰਥਪੂਰਨ ਹੋਵੇ ਜਦੋਂ ਸਰਹੱਦੀ ਸੂਬਿਆਂ ਤੋਂ ਪਰਤ ਰਿਹਾ ਸੀ ਤਾਂ ਇੱਕ ਫਕੀਰ ਦਾ ਪਤਾ ਲੱਗਾ ਲੋਕਾਂ ਨੇ ਕਿ ਇੱਕ ਸਾਧੂ ਹੈ ਨਦੀ ਦੇ ਕੰਢੇ ਬਣ ਵਿੱਚ ਉਹਨੂੰ ਲੈ ਜਾਓ ਉਹ ਗਿਆ ਪਹਿਲਾਂ ਉਹਨੇ ਆਪਣੇ ਸੈਨਿਕ ਭੇਜੇ ਉਸ ਫਕੀਰ ਨੂੰ ਆਪਣੀ ਮਨਸ਼ਾ ਦੱਸ ਭੇਜੀ ਸੈਨਿਕਾਂ ਨੇ ਜਾ ਕੇ ਕਿਹਾ ਤੇਰਾ ਧਨ ਭਾਗ ਹੈ ਸੈਂਕੜਿਆਂ ਨੇ ਬੇਨਤੀ ਕੀਤੀ ਸਿਕੰਦਰ ਨੂੰ ਕਿ ਸਾਨੂੰ ਲੈ ਚੱਲੋ ਉਹਨੇ ਕਿਸੇ ਨੂੰ ਨਹੀਂ ਚੁਣਿਆ ਤੇ ਮਹਾਨ ਸਿਕੰਦਰ ਦੀ ਕਿਰਪਾ ਤੇਰੇ ਤੇ ਹੋਈ ਹੈ ਤੇ ਉਹਨੇ ਚਾਇਆ ਕਿ ਤੂੰ ਚੱਲੇ ਸ਼ਾਹੀ ਸਨਮਾਨ ਨਾਲ ਤੈਨੂੰ ਯੂਨਾਨ ਲੈ ਚਲੀਏ ਉਸ ਫਕੀਰ ਨੇ ਕਿਹਾ ਫਕੀਰ ਨੂੰ ਲੈ ਜਾਣ ਦੀ ਤਾਕਤ ਕਿਸੇ ਵਿੱਚ ਵੀ ਨਹੀਂ ਹੈ ਸੈਨਿਕ ਘਰਾਂ ਰਹਿ ਗਏ ਵਿਜੇਤਾ ਸਿਕੰਦਰ ਦੇ ਸੈਨਿਕ ਸੰਤ ਇੱਕ ਨੰਗ ਫਕੀਰ ਅਜੇ ਆ ਕੇ ਉਹਨਾਂ ਨੇ ਕਿਹਾ ਭੁੱਲ ਕੇ ਵੀ ਅਜਿਹਾ ਸ਼ਬਦ ਦੁਬਾਰਾ ਨਾ ਕਹੇ ਨਹੀਂ ਤਾਂ ਜ਼ਿੰਦਗੀ ਤਾਂ ਹੱਥ ਤੋਂ ਬੈਠੇਗਾ ਉਸ ਫਕੀਰ ਨੇ ਕਿਹਾ ਜਿਸ ਜੀਵਨ ਨੂੰ ਅਸੀਂ ਛੱਡ ਚੁੱਕੇ ਹਾਂ ਉਹ ਤੋਂ ਹੁਣ ਛਡਾਉਣ ਵਾਲਾ ਕੋਈ ਵੀ ਨਹੀਂ ਹੈ ਤੇ ਜਾ ਕੇ ਆਪਣੇ ਸਿਕੰਦਰ ਨੂੰ ਕਹੋ ਉਹਨੂੰ ਜਾ ਕੇ ਕਹੋ ਕਿ ਤੇਰੀਆਂ ਤਾਕਤਾਂ ਸਭ ਜਿੱਤ ਲੈਣ ਉਹਨੂੰ ਨਹੀਂ ਜਿੱਤ ਸਕਦੀਆਂ ਜਿਨੇ ਖੁਦ ਨੂੰ ਜਿੱਤ ਲਿਆ ਹੋਵੇ ਸਿਕੰਦਰ ਹੈਰਾਨ ਹੋਇਆ ਇਹ ਗੱਲਾਂ ਅਜੀਬ ਸਨ ਪਰ ਇੱਕ ਅਰਥ ਵਿੱਚ ਅਰਥਪੂਰਨ ਸੀ ਕਿਉਂਕਿ ਫਕੀਰ ਨਾਲ ਮਿਲਣਾ ਹੋ ਗਿਆ ਸੀ ਅਜਿਹੇ ਆਦਮੀ ਦੀ ਹਾਲ ਵੀ ਸੀ सिकंदर ਆਪ ਗਿਆ ਉਹਦੇ ਹੱਥ 'ਚ ਨੰਗੀ ਤਲਵਾਰ ਸੀ ਉਹਨੇ ਜਾ ਕੇ ਉਸ ਫਕੀਰ ਨੂੰ ਕਿਹਾ ਵੀ ਜੇਕਰ ਨਾ ਗਿਆ ਤਾਂ ਸਰੀਰ ਨਾਲੋਂ ਅਸੀਂ ਸਿਰ ਨੂੰ ਜੁਦਾ ਕਰ ਦਿਆਂਗੇ ਉਹਨੇ ਕਿਹਾ ਕਰ ਦੇ ਜਿਸ ਤਰ੍ਹਾਂ ਤੂੰ ਦੇਖੇਂਗਾ ਕਿ ਤੂੰ ਸਰੀਰ ਨਾਲੋਂ ਸਿਰ ਨੂੰ ਜੁਦਾ ਕਰ ਦਿੱਤਾ ਉਸੇ ਤਰ੍ਹਾਂ ਅਸੀਂ ਵੀ ਦੇਖਾਂਗੇ ਕਿ ਸਰੀਰ ਨਾਲੋਂ ਸਿਰ ਨੂੰ ਜੁਦਾ ਕਰ ਦਿੱਤਾ ਗਿਆ ਉਹਨੇ ਕਿਹਾ ਅਸੀਂ ਵੀ ਦੇਖਾਂਗੇ ਅਸੀਂ ਵੀ ਦਰਸ਼ਕ ਹੋਵਾਂਗੇ ਉਸ ਘਟਨਾ ਦੇ ਪਰ ਤੂੰ ਸਾਨੂੰ ਮਾਰ ਨਹੀਂ ਸਕੇਂਗਾ ਕਿਉਂਕਿ ਅਸੀਂ ਤਾਂ ਸਿਰਫ ਦਰਸ਼ਕ ਅਸੀਂ ਵੀ ਦੇਖਾਂਗੇ ਸਰੀਰ ਨਾਲੋਂ ਸਿਰਜਦਾ ਕਰ ਦਿੱਤਾ ਗਿਆ ਪਰ ਇਸ ਭੁਲੇਖੇ 'ਚ ਨਾ ਰਹੀ ਕਿ ਤੂੰ ਸਾਡਾ ਕੁਝ ਵਿਗਾੜਿਆ ਜਿੱਥੋਂ ਤੱਕ ਕੋਈ ਵਿਗਾੜ ਸਕਦਾ ਹੈ ਉੱਥੋਂ ਤੱਕ ਸਾਡਾ ਹੋਣਾ ਨਹੀਂ ਹੈ ਜਦੋਂ ਅਸੀਂ ਸਾਹ ਲੈਂਦੇ ਹਾਂ ਕਿ ਮੈਂ ਸਰੀਰ ਨਹੀਂ ਹਾਂ ਉੱਠਦੇ ਬੈਠਦੇ ਸੌਂਦੇ ਜਾਗਦੇ ਜੇਕਰ ਅਸੀਂ ਜ਼ਰਾ ਕੋਈ ਚੇਤਾ ਰੱਖ ਕੇ ਦੇਖੀਏ ਜੇਕਰ ਥੋੜੀ ਜਿਹੀ ਰਾਈਟ ਮਾਈਂਡਫੁਲਨੈਸ ਹੋਵੇ ਜੇਕਰ ਥੋੜੀ ਜਿਹੀ ਯਾਦ ਹੋਵੇ ਸਰੀਰ ਦੀਆਂ ਕਿਰਿਆਵਾਂ ਦੇ ਪ੍ਰਤੀ ਤਾਂ ਸ਼ੂਨ્યਤਾ ਲਿਆਉਣ ਦਾ ਕਰਮਾਰਗਕ ਸਤ ਹੁੰਦਾ ਹੈ ਸਮਾਧੀ ਇਸੇ ਦੁਆਰ ਦਾ ਨਾਮ ਹੈ ਧੰਨਵਾਦ